ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਪਹੁੰਚੇ ਆਪਾਂ PDFA ਮੇਲਾ ਜਗਰਾਉਂ ਦੇ ਵਿੱਚ, 17ਵਾਂ ਮੇਲਾ ਗਾ ਅਤੇ ਨੀਲੀ ਰਾਵੀ ਕੈਟਾਗਰੀ ਦੇ ਵਿੱਚ ਜਿਹੜੀ ਝੋਟੀ ਆਏਗੀ ਚੈਂਪੀਅਨ ਬਣੀ ਹੈਗੀ, ਉਹਨਾਂ ਦੇ ਮਾਲਕ ਆਪਣੇ ਨਾਲ ਨੇ, ਜਾਣਕਾਰੀ ਸਾਂਝੀ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਭਰਾ? ਅੰਮ੍ਰਿਤਪਾਲ ਸਿੰਘ ਹੈ ਵੀਰੇ। ਬਹੁਤ ਬਹੁਤ ਮੁਬਾਰਕਾਂ ਵੀਰੇ, ਸਾਰੇ ਮਾਸਟਰ ਦੇ ਨਾਲ ਹੀ ਜਾਣਦੇ ਜੀ। ਮਾਸਟਰ ਜੀ ਬਹੁਤ ਬਹੁਤ ਮੁਬਾਰਕਾਂ ਵੀਰੇ, ਥੈਂਕ ਯੂ। ਕਿਹੜਾ ਪਿੰਡ ਆ ਬਾਈ ਦਾ? ਦੌਲਾ ਸਿੰਘ ਵਾਲਾ ਵੀਰੇ। ਜ਼ਿਲ੍ਹਾ ਕਿਹੜਾ ਪੈ ਜਾਂਦਾ? ਸੰਗਰੂਰ ਜੀ। ਸੰਗਰੂਰ, ਅਤੇ ਕਿੰਨੀ ਉਮਰ ਹੋ ਗਈ ਇਹਦੀ ਝੋਟੀ? ਉਮਰ 2.5 ਸਾਲ ਹੈ ਵੀਰੇ। 2.5 ਸਾਲ, ਦੋ ਦੰਦ ਕੋਪੀਟੀਸ਼ਨ ਦੇ ਵਿੱਚ ਆਈ ਵੀਰੇ, ਦੋ ਦੰਦ 'ਚ। ਠੀਕ ਹੈ ਵੀਰੇ, ਇਹ ਨੀਲੀ ਰਾਵੀ ਦੇ ਕੰਮ ਕਰ ਰਹੇ ਹਾਂ ਇਕੱਲਾ ਕਿ ਆਪਾਂ ਮੂਰਾ ਵੀ ਨੇ? ਪਹਿਲਾਂ ਨੀਲੀ ਰਾਵੀ ਸੀ, ਹੁਣ ਨਾਲ ਮੂਰਾ ਵੀ ਲੈ ਕੇ। ਮੂਰਾ ਵੀ ਨੇ? ਹਾਂਜੀ। ਕਿੰਨਾ ਟਾਈਮ ਹੋ ਗਿਆ ਕੰਪੀਟੀਸ਼ਨ ਲੜਦਿਆਂ ਨੂੰ ਬਾਈ? ਵੀਰੇ ਪਹਿਲਾਂ 17 ਜਮਾਤਾਂ ਨੇ ਲੜਿਆ ਸੀ ਜਦੋਂ। ਅੱਛਾ। ਹਾਂ, ਅਤੇ ਉਦੋਂ ਬਾਅਦ ਤੁਸੀਂ ਧਨੌਲਾ ਪਿਛਲੀ ਵਾਰ 'ਤੇ ਐਤਕੀ ਧਨੌਲੇ ਵੀ ਆਪਾਂ ਤੁਹਾਡੀ ਵੀਡੀਓ ਕੀਤੀ ਸੀ, ਹੈ ਨਾ? ਹਾਂਜੀ ਵੀਰੇ, ਉੱਥੇ ਸੈਕਿੰਡ ਆਈ ਸੀਗੀ। ਠੀਕ ਹੈ, ਅਤੇ ਇੱਥੇ PDFA ਦਾ ਜਿਹੜਾ ਵੱਡਾ ਨਾਂ ਗਾ, ਕਹਿ ਦਈਏ ਵੀ ਬਹੁਤ ਪੁਰਾਣਾ ਮੇਲਾ ਗਾ, ਹੈ ਨਾ? ਹਾਂਜੀ। ਅਤੇ ਫਸਟ ਆਈ ਹੈਗੀ, ਬਹੁਤ ਵੱਡੀ ਗੱਲ ਹੈ। ਅਤੇ ਹੁਣ ਇਹ ਗੱਬ ਵਗੈਰਾ ਹੈਗੀ ਆ ਬਾਈ? ਹਾਂਜੀ ਵੀਰੇ, 4.25 ਮਹੀਨੇ ਦੀ ਗੱਬਣਾ। ਕਿਹੜੇ ਸੀਮਨ ਤੋਂ? ਇਹ ਜਿਹੜਾ ਬਾਦਲ ਫਾਰਮ ਦੇ ਸੈਂਸਾ ਬੋਲਿਆ ਇਸ ਟਾਈਮ, ਉਹਤੋਂ ਗੱਬਣਾ ਜੀ, ਉਹਤੋਂ। ਹਾਂਜੀ। ਅਤੇ ਮਾਂ ਦਾ ਕੀ ਰਿਕਾਰਡ ਆ ਦੁੱਧ ਦਾ? ਮਾਂ ਦਾ ਵੀਰੇ ਊਂ ਤਾਂ 20+ ਵਾਲੀ ਸੀ, ਜਿਹੜੇ ਰਸੀਦਾਂ ਵਾਲੇ ਨੇ ਗਿਆਨੀ ਅੰਕਲ ਜੀ, ਉਹਨਾਂ ਦੇ ਘਰੋਂ ਆਈ ਹੋਈ ਹੈ। ਅਤੇ ਉਹਦਾ ਆਪਣੇ ਕੋਲ ਹੁਣ ਥਣ ਘੱਟ ਅੱਧਾ ਮਗਰਲਾ ਜੀ, ਘਰੇ 17-18 ਕੱਢਦੀ ਹੈ। ਪਿਛਲੀ ਵਾਰ ਧਨੌਲੇ ਲਾਈ ਸੀ, ਉੱਥੇ ਉਹ ਮਤਲਬ ਖਾਧਾ ਪੀਂਦਾ ਨਹੀਂ ਸਮਾਰ ਕੇ, ਪਰ 15 ਲੀਟਰ ਦੀ ਚਵਾਈ ਕਰਾ ਕੇ ਗਈ ਹੈ ਜੀ। ਅੱਛਾ, ਅਤੇ ਇਹ ਆਪ ਕਿਹੜੇ ਸੀਮਨ ਦੀ ਹੈ? ਇਹ ਸਟਾਰ ਬਣਦੀ ਹੈ ਬਾਈ, ਸਟਾਰ ਬਣਦੀ। ਠੀਕ ਹੈ, ਅਤੇ ਲਓ ਜੀ ਝੋਟੀ ਦੀ ਬਣਤਰ ਦੇਖੋ। ਅਤੇ ਜੇ ਫਾਰਮ 'ਤੇ ਆਪਾਂ ਗੱਲ ਕਰੀਏ, ਜਾਨਵਰ ਕਿੰਨੇ ਕੁ ਹੈ ਵੀਰੇ? ਵੀਰੇ ਨੀਲੀ ਦੇ ਹੈਗੇ ਨੇ ਜੀ 8-9 ਜਾਨਵਰ, ਬਾਕੀ ਮੁਰਾ ਦੇ ਨੇ ਜੀ। ਜੀ, ਜੇ ਸਾਂਭ ਸੰਭਾਲ ਦੀ ਗੱਲ ਕਰੀਏ, ਜਿਵੇਂ ਖਾਦ ਖੁਰਾਕ ਦੀ ਗੱਲ ਕਰੀਏ, ਇਹਦੀ ਕੀ ਮੇਨ ਰਹਿੰਦੀ ਹੈ ਬਾਈ? ਵੀਰੇ ਫੀਡ ਕਰਾ ਕੇ ਕਰਦੇ ਆਪਦੀ। ਅੱਛਾ, ਆਪਦੀ ਕਰਕੇ? ਹਾਂਜੀ, ਕਰਾ ਕੇ ਫਿਰ ਉਹ ਕਰਦੇ। ਹਾਂਜੀ। ਠੀਕ ਹੈ ਵੀਰੇ, ਅਤੇ PDFA ਮੇਲੇ 'ਤੇ ਪਹਿਲਾਂ ਵੀ ਕੰਪੀਟੀਸ਼ਨ ਲੜਿਆ ਹੋਊਗਾ? ਨਹੀਂ ਵੀਰੇ, ਪਹਿਲਾਂ ਹੈ। ਪਹਿਲਾ ਕੰਪੀਟੀਸ਼ਨ ਹੈ PDFA ਦੇ ਮੇਲੇ ਦਾ? ਅਤੇ ਬਾਕੀ ਹੋਰ ਕਿੰਨੇ ਕੁ ਮੇਲਿਆਂ 'ਤੇ ਕੰਪੀਟੀਸ਼ਨ ਲੜੇ? ਬਸ ਧਨੌਲੇ ਲੜੇ ਨੇ ਵੀਰੇ। ਅੱਛਾ, ਧਨੌਲੇ ਤੋਂ ਸ਼ੁਰੂਆਤ ਹੁੰਦੀ ਹੈ? ਧਨੌਲੇ ਤੋਂ ਜਾਂ ਫਿਰ ਆਪਣੇ ਤੋਂ ਮਸਤੂਆਂ ਨੇ ਹੋਇਆ ਸੀਗਾ ਡਿਸਟ੍ਰਿਕਟ ਲੈਵਲ ਦਾ, ਉਦੋਂ ਇਹਦੀ ਮਾਂ ਲਾਈ ਸੀਗੀ, ਉਹ ਸੈਕਿੰਡ ਆਈ ਸੀ ਉੱਥੇ। ਠੀਕ ਹੈ, ਅਤੇ ਲਓ ਜੀ ਵੀਡੀਓ ਸ਼ੇਅਰ ਕਰੀ ਜਾਓ ਚੱਲਦੀ, ਹੈ ਨਾ? ਅਤੇ ਆਹ ਦੇਖੋ ਇਹ ਝੋਟੀ, ਅਤੇ ਆਹ ਝੋਟੀ ਮਤਲਬ ਧਨੌਲੇ ਪਾਈ ਸੀਗੀ? ਹਾਂਜੀ ਬਾਈ ਜੀ। ਇਹ ਕਿਵੇਂ 'ਤੇ ਆਈ ਸੀ? ਇਹ ਤੀਜੇ 'ਤੇ ਆਈ ਸੀ ਉੱਥੇ ਜੀ। ਇੱਥੇ ਵੀ ਇਹਦੇ ਨਾਲ ਕਲਰ ਦਾ ਥੋੜ੍ਹਾ ਜਿਹਾ ਚੱਕਰ ਪੈ ਰਿਹਾ ਹੈਗਾ, ਜਿਵੇਂ ਆਹ ਦੇਖੋ ਜੀ ਬਲੈਕ ਬੂਰੀ ਤੋਂ ਹੋ ਰਹੀ ਹੈ, ਇਹਦੇ ਕਰਕੇ ਬਾਹਰ ਹੋਈ ਹੈ ਕੱਲ੍ਹ ਜੀ ਇਹ। ਅੱਛਾ ਅੱਛਾ ਅੱਛਾ, ਕਲਰ ਦਾ ਚੱਕਰ ਆਊਗਾ। ਕਿੰਨੇ ਜਾਨਵਰ ਲੈ ਕੇ ਆਏ ਸੀਗੇ? ਦੋ ਹੀ ਲੈ ਕੇ ਆਏ ਸੀਗੇ। ਹਾਂਜੀ, ਠੀਕ ਹੈ ਵੀਰੇ, ਠੀਕ ਹੈ। ਅਤੇ ਲਓ ਜੀ ਪੇਜ ਫੋਲੋ ਜ਼ਰੂਰ ਕਰਿਓ, ਅਤੇ YouTube ਚੈਨਲ ਸਬਸਕ੍ਰਾਈਬ ਕਰਿਓ। ਨੀਲੀ ਰਾਵੀ ਬਰੀਡ ਦੇ ਵਿੱਚ ਦੋ ਦੰਦ ਦੇ ਵਿੱਚ ਇਹ ਝੋਟੀ ਹੈ ਜਿਹੜੀ, ਇਹ ਆਈ ਗਈ ਫਸਟ। ਅਤੇ ਝੋਟੀ ਦੀ ਬੋਡੀ ਬਣਤਰ ਤੁਸੀਂ ਦੇਖ ਸਕਦੇ ਹੋ, ਹੁਣ ਸਿੰਗ ਵਗੈਰਾ ਗਲਾਈ ਪੂਰੀ। ਅਤੇ ਹੋਰ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੇਨ ਬਾਈ? ਵੀਰੇ ਆਪਾਂ ਤਾਂ ਇਹੀ ਕਹਿੰਦੇ ਹਾਂ ਵੀ ਜਿਹੜਾ ਹੁਣ 20-25 ਲੱਖ ਲਾ ਕੇ ਬਾਹਰੇ ਜਾਂਦੇ ਹੋ ਜੀ, ਆਪਦਾ ਉਹੀ ਪਸ਼ੂਆਂ 'ਤੇ ਲਾ ਕੇ ਆਪਦਾ ਪ੍ਰਾਤ ਨਹੀਂ ਕੀਤਾ, ਕਰੋ ਆਪਦੇ ਪਰਿਵਾਰ 'ਚ ਰਹਿ ਕੇ, ਠੀਕ ਹੈ, ਸਭ ਕੁਛ ਹਾਸਲ ਕਰ ਸਕਦੇ ਹੋ ਜੇ ਮਿਹਨਤ ਕਰੋਗੇ। ਬਿਲਕੁਲ, ਉੱਥੇ ਜਾ ਕੇ ਵੀ ਦਿਹਾੜੀਆਂ ਕਰਨੀਆਂ ਨੇ। ਬਿਲਕੁਲ, ਠੀਕ ਹੈ ਨਾ, ਉਹਦੇ ਨਾਲੋਂ ਚੰਗਾ ਵੀ ਆਪਾਂ ਉਰੇ ਆਪਦੇ ਪਰਿਵਾਰ 'ਚ ਰਹਿ ਕੇ, ਮਾਂ ਪਿਓ 'ਚ ਰਹਿ ਕੇ ਕੰਮ ਕਰੀਏ। ਬਿਲਕੁਲ, ਬਹੁਤ ਵਧੀਆ ਮੈਸੇਜ। ਅਤੇ ਵੀਡੀਓ ਸ਼ੇਅਰ ਕਰ ਲਓ ਅਤੇ ਪੇਜ ਫੋਲੋ ਕਰ ਲਈ। ਬਹੁਤ ਬਹੁਤ ਧੰਨਵਾਦ ਬਾਈ ਟਾਈਮ ਦੇਣ ਲਈ। ਥੈਂਕ ਯੂ ਵੀਰੇ।